ਚੁਹੱਤਰ ਆਏ ਹੋਏ ਆ ਮੇਰੇ ਕੋਲ ਜੀ, ਇਹ ਲੈ ਕੇ ਜਾ ਰਹੇ ਆਪਣੇ ਬੱਚੇ ਨੂੰ ਅਲਾਈਡ ਹਸਪਤਾਲ ਫੈਸਲਾਬਾਦ ਜੀ। ਔਰ ਇਹਨਾਂ ਨੂੰ ਅੱਗੇ ਵੀ ਦੋ ਦਫਾ ਬਲਕਿ ਤਿੰਨ ਦਫਾ ਆਪੀ ਬੁਸ਼ਰਾ ਦੀ ਤਰਫੋਂ ਪੈਸੇ ਮਿਲੇ ਆ ਜੀ, ਅਤੇ ਔਰ ਇਸ ਦਫਾ ਫਿਰ ਆਪੀ ਬੁਸ਼ਰਾ ਦੀ ਤਰਫੋਂ ਹੀ ਇਹਨਾਂ ਨੂੰ ਮੈਂ ਦੇ ਰਿਹਾ ਜੀ 15,000 ਰੁਪਈਆ। ਔਰ ਇਹ 15,000 ਇਹ ਲੈ ਕੇ ਜਾ ਰਹੇ ਆ ਜੀ ਬੱਚੇ ਨੂੰ ਆਪਣਾ ਫੈਸਲਾਬਾਦ ਅਲਾਈਡ ਹਸਪਤਾਲ ਦੇ ਵਿੱਚ। ਔਰ ਇਮਰਾਨ ਭਾਈ ਦੇ ਭਾਈ ਜਾ ਰਹੇ ਹੋਏ ਸੀਗੇ ਜੀ ਲਾਹੌਰ, ਅਤੇ ਚਲੋ ਉਹਨਾਂ ਨਾਲ ਗਿਆ ਮੁਨਾਸਿਬ ਜਿਹਾ ਕਿਰਾਇਆ ਮੁੱਕ ਗਿਆ, ਅਤੇ ਇਹਨਾਂ ਨੂੰ ਜਾਂਦੇ ਫੈਸਲਾਬਾਦ ਉਤਾਰੀ ਜਾਣਗੇ ਜੀ। ਜੀ ਦੇਖ ਲਓ ਇੱਕ ਨੋਟ ਪੂਰਾ ਕਰ ਲਓ ਪੂਰਾ ਹੀ ਆ। ਹਾਂਜੀ ਬਹੁਤ ਬਹੁਤ ਮਿਹਰਬਾਨੀ। ਹੁਣ ਮੇਰੀ ਗੱਲ ਹੋਈ ਸੀਗੀ ਅਤੇ ਆਪਣੇ ਕਹਿੰਦਾ ਉਹਨੂੰ 15,000 ਰੁਪਇਆ ਦਿਓ, ਉਹਨਾਂ ਕਿ ਵੀ ਨਾ ਤੁਸੀਂ ਅਲਾਈਡ ਲੈ ਕੇ ਜਾਓ ਤਾਂ ਕਿ ਬੱਚੇ ਦਾ ਉੱਥੇ ਮੁਸਤਕਬਲ ਦਾ ਪਤਾ ਲੱਗਣਾ ਇਲਾਜ ਦਾ। ਹਾਂਜੀ ਇਹ ਤਾਂ ਪ੍ਰਾਈਵੇਟ ਡਾਕਟਰ, ਪ੍ਰਾਈਵੇਟ ਡਾਕਟਰ ਨੇ ਕਹਿੰਦਾ ਤੁਸੀਂ ਟੁਰੇ ਆਓ ਅਤੇ ਆਈ ਜਾਓ ਅਤੇ ਜਾਈ ਜਾਓ। ਬਿਲਕੁਲ ਸਹੀ ਗੱਲ। ਠੀਕ ਹੈ ਨਾ ਜੀ, ਉੱਥੇ ਫਿਰ ਸਾਰੀ ਤਫਸੀਲੀ ਡਾਕਟਰ ਕੋਲ ਗੱਲਬਾਤ ਪੁੱਛ ਕੇ ਆਉਣੀ ਹੈ। ਠੀਕ ਹੋ ਗਿਆ, ਸਲੀਪ ਠੀਕ ਹੈ ਨਾਲ ਲੈ ਕੇ ਚੱਲਾਂ ਆਪਣੇ। ਹਾਂਜੀ ਹਰ ਚੀਜ਼ ਨਾਲ ਹੀ ਆ ਨਾ, ਸੀਟੀ ਸਕੈਨ ਐਕਸਰੇ ਨਾਲ ਹੀ ਠੀਕ ਹੋ ਗਿਆ ਜੀ। ਅੱਜ ਸਵੇਰ ਦਾ ਬਹੁਤ ਦਾ ਚੱਲਦਾ ਵੀ ਬਿਲਕੁਲ ਪਹਿਲਾਂ ਵੀ ਸੀ ਕਰਦਾ ਟੈਨਸ਼ਨ ਉਹ ਦਿੱਤੀ ਆਈ ਤਾਂ। ਬਸ ਜੀ ਅਗਰ ਕਿਸੇ ਭੈਣ ਭਾਈ ਨੇ ਇਸ ਬੱਚੇ ਵਾਸਤੇ ਹੈਲਪ ਕਰਨੀ ਹੈ ਜ਼ਰੂਰ ਮੇਰੇ ਨਾਲ ਰਾਬਤਾ ਕਰਨੀ, ਇਸ ਲਈ ਚਾਚੂ ਅਖਤਰ ਨੂੰ ਇਸ ਟਾਈਮ ਤਾਂ ਬੱਚੇ ਦੇ ਇਲਾਜ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੈ। ਠੀਕ ਹੈ ਜੀ, ਇਸ ਟਾਈਮ ਜ਼ਾਇਆ ਨਾ ਕਰੋ, ਨਿਕਲੋ, ਅੱਲਾ ਖੈਰ ਕਰੇ ਜੀ। ਜਾ ਰਿਹਾ ਜੀ ਚੌਹਤਰ, ਇਮਰਾਨ ਭਾਈ ਦੇ ਭਾਈ ਆ ਉਸਮਾਨ, ਇਹ ਜਾ ਰਿਹਾ ਸੀਗਾ ਲਾਹੌਰ, ਅਤੇ ਫਿਰ ਇਹਨਾਂ ਦੇ ਨਾਲ ਹੀ ਗੱਡੀ ਦਿੱਤੀ, ਉਹਨਾਂ ਦਾ ਅਰੇਂਜਮੈਂਟ ਕਰ ਦਿੱਤਾ, ਮੈਂ ਕਿਹਾ ਜਾਂਦੇ ਵੇਲੇ ਉੱਥੇ ਉਤਾਰੀ ਆਇਆ ਜੀ। ਠੀਕ ਹੋ ਗਿਆ ਜਨਾਬ ਜੀ, ਓਕੇ, ਅੱਲਾ ਹਾਫਿਜ਼। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਡੀ ਦੁਆ ਕਿ ਸਾਡੇ ਭੈਣ ਵੀ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆਨਾ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਸਾਡੇ ਕੋਲ ਮਾਸ਼ਾਅੱਲਾ ਜੀ 26ਵਾਂ ਰੋਜ਼ਾ ਔਰ 27ਵੀਂ ਰਾਤ, ਔਰ ਮਾਸ਼ਾਅੱਲਾ ਜੀ ਇਫਤਾਰੀ ਸਾਡੇ ਕੋਲ ਤਿਆਰੀ ਹੋ ਚੁੱਕੀ ਹੈ ਜੀ। ਅੱਜ ਦੀ ਇਫਤਾਰੀ ਹੋ ਰਹੀ ਹੈ ਜੀ ਅਮਰ ਭਾਈ ਦੀ ਫੈਮਿਲੀ ਤਰਫੋਂ ਔਰ ਰਾਈਸ ਖਾਨ ਦੀ ਮਾਮ ਦੀ ਤਰਫੋਂ ਜੀ। ਅੱਜ ਚੱਲਦੇ ਜੀ ਅੰਦਰ, ਚੱਲ ਕੇ ਅਤੇ ਆਪਣੇ ਭੈਣ ਭੈਣ ਸ਼ੇਅਰ ਕਰਦੇ ਹਾਂ ਕਿ ਅੱਜ ਦਾ ਸਾਡਾ ਜਿਹੜਾ ਇਫਤਾਰੀ ਦਾ ਕੀ ਸੀਨ ਆ ਸਾਡਾ ਜੀ। ਔਰ ਅਸੀਂ ਦਿਖਾਇਆ ਸੀਗਾ ਕਿ ਚਾਚੂ ਅਖਤਰ ਦਾ ਬੇਟਾ ਹੋਸਪਿਟਲ ਦਾਖਲ ਆ ਜੀ, ਅੱਜ ਲਾਹੌਰ ਫੈਸਲਾਬਾਦ ਗਏ ਹੋਏ ਆ ਜੀ। ਅੱਲਾਹ ਪਾਕ ਉਸ ਬੱਚੇ ਨੂੰ ਵੀ ਸਿਹਤ ਤੰਦਰੁਸਤੀ ਦੇਵੇ, ਉਹਦੇ ਵਾਸਤੇ ਵੀ ਸਾਰੇ ਭੈਣ ਭੈਣ ਰਿਕੁਐਸਟ ਆ ਕਿ ਯਕੀਨ ਕਰੋ ਅੱਜ ਬੱਚੇ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ ਹੈਗੀ, ਮਿਸ ਕਰਕੇ ਆਪਣੇ ਕੈਮਰੇ ਵਿੱਚ ਵੀ ਨਹੀਂ ਦਿਖਾਇਆ ਹੈਗਾ ਕਿ ਬੱਚੇ ਦੀ ਹਾਲਤ ਜਿਹੜੀ ਨਾ ਦੇਖਣ ਦੇ ਕਾਬਲ ਨਹੀਂ ਸੀ ਹੈਗੀ। ਔਰ ਉਸ ਬੰਦੇ ਨੂੰ ਇਸ ਟਾਈਮ ਬਹੁਤ ਜ਼ਿਆਦਾ ਸਾਰੇ ਭੈਣ ਭੈਣ ਸਪੋਰਟ ਦੀ ਜ਼ਰੂਰਤ ਆ ਜੀ, ਉਹਦੇ ਬੱਚੇ ਦੀ ਜ਼ਿੰਦਗੀ ਔਰ ਮੌਤ ਦਾ ਸਵਾਲ ਇਸ ਟਾਈਮ ਹੋ ਚੁੱਕਿਆ ਜੀ। ਉਮੀਦ ਕਰਾਂਗੇ ਉਹਦੇ ਵਾਸਤੇ ਭੈਣ ਭਾਈ ਸਪੋਰਟ ਕਰਨਗੇ ਇਨਸ਼ਾਅੱਲਾ ਜ਼ਰੂਰ ਜੀ। ਔਰ ਚੱਲਦੇ ਅੰਦਰ, ਚੱਲ ਕੇ ਦੇਖਦੇ ਹਾਂ ਅੱਜ ਦਾ ਮਸਜਿਦ ਦਾ ਕੀ ਸੀਨ ਆ ਕਰੀ ਜੀ। ਅੱਗੇ ਪਿੱਛੇ ਰੱਖੋ ਬੇਟਾ, ਅੱਗੇ ਪਿੱਛੇ ਰੱਖੋ, ਅੱਗੇ ਪਿੱਛੇ ਰੱਖੋ। ਬੱਚਿਆਂ ਨੂੰ ਤਰੱਕੀ ਅਦਾ ਫਰਮਾ,
ਆਪਣੇ ਭਾਈ ਨੂੰ ਬਚਾਉਣ ਲਈ ਆਇਆ ਤਾਂ ਮੇਰੇ ਹੱਥ ਤੋਂ ਨਿਕਲ ਕੇ ਲਾਭ ਉਠਾ ਸਿਆ ਦੇ ਕਾਬਲੇ ਅਗਲਾ ਤਾਂ ਬਿਮਾਰ ਤਰ੍ਹਾਂ ਦੀ ਬਿਮਾਰੀ ਤੋਂ ਹਰ ਤਰ੍ਹਾਂ ਦੀ ਆਪਾਂ ਨੂੰ ਵਧੀਆ ਆਪਣਾ ਆਪਣਾ ਖੋਲਾ ਯਾਰ ਦਾ ਵੀ ਜਿੰਨੇ ਹਜ਼ਰਾਂ ਨੇ ਅਮਰ ਦੇ ਲਾ ਕੇ ਆਖ ਤੱਕ ਮਸਜਿਦ ਨੂੰ ਸਪੋਰਟ ਦਿੱਤਾ ਤੇ ਆ ਗਏ ਇੱਥੇ ਅਪਰਾਧ ਦੇ ਨਾਲ ਉਹਨਾਂ ਨੂੰ ਇੱਥੇ ਆਪਣੀ ਜ਼ਿੰਦਗੀ ਦਾ ਬਰਮਾ ਅਮਰ ਵਾਲੀ ਜ਼ਿੰਦਗੀ ਸਕੂਨ ਵਾਲੀ ਜ਼ਿੰਦਗੀ ਦਾ ਬਰਮਾ ਰਾਹਤ ਵਾਲੀ ਜ਼ਿੰਦਗੀ ਦਾ ਬਰਮਾ ਹਰ ਤਰ੍ਹਾਂ ਦੀ ਬਿਮਾਰੀ ਤੋਂ ਹਰ ਤਰ੍ਹਾਂ ਦੀ ਆਵਾਜ਼ ਵਧੀਆ ਤੋਂ ਆਪੂ ਖੁਰਾ ਯਾਰ ਦਾ ਵੀ ਕੁਝ ਨਾ ਕੁਝ ਕਰਕੇ ਦਾ ਬਰਮਾ ਯਾਰ ਦਾ ਵੀ ਇਸ ਮਸਜਿਦ ਨੂੰ ਬਣਾਉਣ ਵਾਲੇ ਮਸਜਿਦ ਨੂੰ ਬਣਾਉਣ ਕਰਨ ਵਾਲੇ ਦੇ ਘਰ ਨੂੰ ਬਰਮਾ ਸੰਤਾ ਬਾਰੇ ਅੰਦਾਜ਼ ਨੂੰ ਮੁਬਾਰਕ ਦਾ ਸਿੱਧਾ ਪਾਕ ਕੁਰਾਨ ਦਾ ਯਾ ਇਲਾਹੀ ਆਪਣੇ ਮਾਹੂਦ ਦਾ ਸਿੱਧਾ ਰਹਿਮ ਸਲਾਮ ਦੇ ਦਰਜੇ ਬੁਲੰਦ ਫਰਮਾ ਯਾ ਇਲਾਹੀ ਰਹਿਮ ਸਲਾਮ ਦੇ ਦਰਜੇ ਬੁਲੰਦ ਫਰਮਾ ਯਾ ਇਲਾਹੀ ਇਸ ਤਰ੍ਹਾਂ ਦੀ ਵਾਲਦਾ ਨੂੰ ਮਾਲਦਾ ਵਾਲਦਾ ਨੂੰ ਸ਼ਾਇਦ ਇਕਰਾਮ ਮਿਲਾ ਦੇਣਾ ਫਰਮਾ ਲੰਬੀ ਉਮਰ عطا ਫਰਮਾ ਉਮਰ ਇਸਤਰੀ عطا ਫਰਮਾ ਸਹਿਬ ਵਾਲੀ ਜ਼ਿੰਦਗੀ عطا ਫਰਮਾ ਆਫੀਅਤ ਵਾਲੀ ਜ਼ਿੰਦਗੀ عطا ਫਰਮਾ ਅਮਰ ਭਾਈ ਕਾਮਿਲ ਹੋ ਜਾ ਜਾਈ ਸਿਹਤ ਦੇ ਕਾਮਿਲ ਆ ਜਾ عطا ਫਰਮਾ ਮੈਂ ਜੁਰਾ ਜਿੰਨੇ ਮੈਂਬਰ ਅਫਰਾਦ ਦੇ ਘਰ ਦੇ ਸਾਰੇ ਨੂੰ ਜਾਈ ਲਸ਼ਿਆ ਤੇ ਕਾਮਿਲ ਆ ਜਾ عطا ਫਰਮਾ ਯਾ ਇਲਾਹੀ ਖਾਸ ਕਰ ਦੁਆ ਕਰਦੇ ਹਾਂ ਦੋਵੇਂ ਭਾਈ ਭਾਈ ਜੁਰਾਨ ਔਰ ਭਾਈ ਆਸਫ ਨੂੰ ਹਰ ਤਰ੍ਹਾਂ ਦੇ ਸ਼ਰ ਸ਼ੈਤਾਨ ਤੋਂ ਸ਼ਰ ਇਨਸਾਨ ਤੋਂ ਮਾਫੂ ਫਰਮਾ ਆਮੀਨ ਸੁਬਹਾਨ ਅੱਲਾਹ ਹਰ ਸੁਤ ਤੋਂ ਮਾਫੂ ਫਰਮਾ ਯਾ ਇਲਾਹੀ ਬੜਾ ਨੇਕ ਕੰਮ ਕਰ ਰਹੇ ਨੇ ਅੱਲਾਹ ਦੀ ਮਖਲੂਕ ਦੀ ਖਿਦਮਤ ਵੀ ਕਰ ਰਹੇ ਨੇ ਰੱਬ ਦਾ ਘਰ ਵੀ ਬਣਾ ਰਹੇ ਨੇ ਯਾ ਇਲਾਹੀ ਇਹਨਾਂ ਦੀ ਹਰ ਤਰ੍ਹਾਂ ਦੀ ਹਿਫਾਜ਼ਤ ਫਰਮਾ ਹਰ ਤਰ੍ਹਾਂ ਦੇ ਹਾਸਿਲ ਤੋਂ ਹਰ ਤਰ੍ਹਾਂ ਦੇ ਜੋ ਹੈ ਹਰਮਤ ਸਰ ਕਰ ਕਰਨ ਵਾਲੇ ਸ਼ਰੀਰ ਇਨਸਾਨ ਤੋਂ ਇਹਨਾਂ ਨੂੰ ਮਾਫੂ ਫਰਮਾ ਯਾ ਇਲਾਹੀ ਇਹਨਾਂ ਨੂੰ ਬਿਲਕੁਲ ਵੀ ਹਰ ਤੋਂ ਬਿਹਤਰ ਕੀ ਦਾ ਫਰਮਾ ਇਹਨਾਂ ਦੇ ਬੱਚਾ ਦੀ ਵੀ ਹਿਫਾਜ਼ਤ ਫਰਮਾ ਇਹਨਾਂ ਦੇ ਬੱਚਾ ਨੂੰ ਯਾ ਇਲਾਹੀ ਬਿਹਤਰ ਦੀ ਰਿਹਾਇ ਦੇ ਦਿੱਤਾ ਫਰਮਾ ਰੱਬਾ ਇਨਨਾ ਸਮੇ ਦਾ ਮੁਨਾਰੀ ਇੱਕ ਦਾ ਦੀ ਲੰਤੀ ਮਾਨ ਆਤਮਾ ਦੇ ਰੱਬੇ ਕੋ ਫਾਮਨਾ ਰੱਬਨਾ ਫਾਗਫਿਰ ਲਨਾ ਜ਼ੁਨੂਬਨਾ ਵਕਫਿਰ ਅੰਨਾ ਸਯਿਆਤਨਾ ਵਤਵੱਲ ਮਾਲਬਰਾ ਰੱਬਾ ਵਾਤਨਾ ਕਵਾਤਨਾ ਦਾ ਉਸਨੇ ਕਬਲਾ ਤੋਂ ਯੋਮਲ ਕਿਆਮਾ ਇਹਦਾ ਕਰਾ ਤੋਂ ਉਸਨੇ ਬੁਲ ਦਿਆ ਯਾ ਇਲਾਹੀ ਬਾਈ ਮੁਖਤਿਆਰ ਨੇ ਵੀ ਖਤਮ ਚਰੀ ਗਿਰਾਇਆ ਯਾ ਇਲਾਹੀ ਇਹਨਾਂ ਦੇ ਵੀ ਜਿਹੜੀ ਜਦ ਮੁਕਾਸਬ ਪੂਰੇ ਫਰਮਾ ਇਹਨਾਂ ਦੀ ਫੈਮਿਲੀ ਜਵਾਨਾਂ ਦੇ ਘਰ ਵਾਲੇ ਜਿੰਨੇ ਅਫਰਾਦ ਯਾ ਇਲਾਹੀ ਦੁਨੀਆ ਤੋਂ ਰਹਿਣ ਫਰਮਾ ਦੇ ਮਾਂ ਬਾਪ ਸਭ ਦੇ ਬੱਚੇ ਨੂੰ ਫਰਦ ਫਰਮਾ ਸਭ ਦੇ ਦਰਜੇ ਨੂੰ ਫਰਮਾ ਇਹਨਾਂ ਦੇ ਬੱਚਿਆਂ ਨੂੰ ਯਾ ਇਲਾਹੀ ਜਦ ਦੁਨੀਆ ਦੀ ਰਾਜ ਨੂੰ ਤੱਕੀ ਦਾ ਫਰਮਾ ਹਰ ਬਦਾ ਤੋਂ ਹਰ ਬਦਾ ਤੋਂ ਇਹਨਾਂ ਦੇ ਬੱਚਿਆਂ ਦੀ ਬਾਹਰ ਹਫਾਜ਼ਤ ਫਰਮਾ ਯਾ ਇਲਾਹੀ ਅਕਲ ਸਰਤ ਉਸ ਰਾਮ ਦੇ ਪਿਆਰੇ ਰਮਜ਼ਾਨ ਮੁਬਾਰਕ ਦੇ ਸਦਕੇ ਕਾਰ ਕੁਰਾਨ ਦੇ ਸਦਕੇ ਯਾ ਇਲਾਹੀ ਆਪਣੇ ਮਹਬੂਬ ਦੀ ਕੁਰਬਤ ਨੂੰ ਮਾਹਿਰ ਰਮਜ਼ਾਨ ਦੀ ਇੱਜ਼ਤ ਨੂੰ ਤਕਰੀਬ ਕਰਨ ਦੀ ਤੋਫੀਕ ਅਤਾ ਫਰਮਾ ਯਾ ਇਲਾਹੀ ਤੇ ਮਾਹਿਰ ਰਮਜ਼ਾਨ ਗੁਜ਼ਰ ਗਿਆ ਆਦਾ ਮਾਹਿਰ ਰਮਜ਼ਾਨ ਨੂੰ ਸਾਰੀ ਜ਼ਿੰਦਗੀਆਂ ਦੇ ਅੰਦਰ ਨਸੀਬ ਫਰਮਾ ਆਮੀਨ ਔਰ ਮਾਹਿਰ ਰਮਜ਼ਾਨ ਦੇ ਸਦਕੇ ਸਾਰੀਆਂ ਜ਼ਿੰਦਗੀਆਂ ਦੇ ਅੰਦਰ ਯਾ ਇਲਾਹੀ ਇਤਲਾਬ ਨੂੰ ਫਰਮਾ ਯਾ ਇਲਾਹੀ ਆਖਰ ਤੇ ਦੁਆ ਕਰਦੇ ਆ ਅਹਲੇ ਫਲਸਤੀਨ ਨੂੰ ਆਜ਼ਾਦੀ ਅਤਾ ਫਰਮਾ ਜ਼ਾਲਮਾਂ ਦੇ ਜ਼ੁਲਮ ਤੋਂ ਨਿਜਾਤ ਅਤਾ ਫਰਮਾ ਯਾ ਇਲਾਹੀ ਬੱਚੇ ਨੂੰ ਜਵਾਨ ਮਰਦ ਔਰਤਾਂ ਦੇ ਜ਼ਖਮੀ ਹਾਲਤ ਨੇ ਉਹਨਾਂ ਨੂੰ ਸ਼ਹਿਦ ਕੰਮ ਲਾ ਕੇ ਅਤਾ ਫਰਮਾ ਯਾ ਇਲਾਹੀ ਜੋ ਸ਼ਹੀਦ ਹੋ ਗਏ ਉਹਨਾਂ ਦੇ ਮਨ ਤੇ ਬਲਦ ਫਰਮਾ ਯਾ ਇਲਾਹੀ ਜੋ ਜਹਾਦ ਕਰਨ ਉਹਨਾਂ ਦੇ ਅਲਮ ਔਰ ਹੌਸਲੇ ਬਲਦ ਫਰਮਾ ਯਾ ਇਲਾਹੀ ਉਹਨਾਂ ਦੇ ਅਲਮ ਔਰ ਹੌਸਲੇ ਬਲਦ ਫਰਮਾ ਉਹਨਾਂ ਦੀ ਗਾਇਬੀ ਮਦਦ ਫਰਮਾ ਐਲੇ ਮਿਸ਼ਰੀ ਦੀ ਗਾਇਬੀ ਮਦਦ ਫਰਮਾ ਐਲੇ ਸ਼ਾਮ ਦੀ ਗਾਇਬੀ ਮਦਦ ਫਰਮਾ ਰੱਬਨਾ ਤਕਬਲ ਮਿਨਾ ਇਨਕਾ ਤਸਮੀਉਲ ਅਲੀਮ ਵਤਬਾ ਅਲੈਨਾ ਇਨਕਾ ਤਤਵਾਬੁਰ ਰਹੀਮ ਯਾ ਰੱਬ ਮੁਸਤਫਾ ਬੰਦੇ ਨੂੰ ਮਖਾਸੀ ਕਰਨਾ ਵਾਹ ਬਿਨਨਾ ਮਾ ਮਦਾਇਆ ਵਾਸਿਆ ਉਤਾਰਾਮੀ ਯਾ ਇਲਾਹੀ ਆਪਣੇ ਹਬੀਬ ਦੀ ਆਲੇ ਅਤਹਾਰ ਦੇ ਮਰਤਬੇ ਬੁਲੰਦ ਫਰਮਾ ਆਲੇ ਅਤਹਾਰ ਦੇ ਸਦਕੇ ਆਲ ਪਾਕ ਦੇ ਸਦਕੇ ਸਾਡੇ ਹਾਲ ਦੇ ਵੀ ਰਹਿਮ ਕਰਾ ਫਰਮਾ ਨਬੀ ਦੀ ਆਲ ਦੇ ਸਦਕੇ ਯਾ ਇਲਾਹੀ ਸਾਡੇ ਹਾਲ ਦੇ ਰਹਿਮ ਤੇਰੇ ਆਕਾ ਦੀ ਆਲ ਪਿਆਰੀ ਆਲ ਦੇ ਸਦਕੇ ਪੰਜ ਤਨ ਪਾਕ ਦੇ ਸਦਕੇ ਯਾ ਇਲਾਹੀ ਸਾਨੂੰ ਮੁਸਲਮਾਨਾਂ ਨੂੰ ਇਤਿਹਾਦ ਅਤਾ ਫਰਮਾ ਅਹਲੇ ਇਸਲਾਮ ਨੂੰ ਇਤਿਹਾਦ ਅਤਾ ਫਰਮਾ ਰੱਬਾ ਦਾ ਤਕੱਬਲ ਮਿੰਨਾ ਇਨਾ ਅੰਤਸ਼ਰੀ ਅਲੀ ਵਕਤ ਅਲੇ ਨਾ ਕਰਨਾ ਮੁਹੰਮਦ ਅੱਲਾਹ ਨੂੰ ਰਹੀ ਸਭ ਅੱਲਾਹ ਤਾਲਾ ਦਾ ਸੁਰ ਸੈਲਮ ਅਫਤਾਰੀ ਹੋ ਚੁੱਕੀ ਹੈ ਜੀ ਪਲੇਟ ਲੈ ਲਓ ਉਹ ਪਲੇਟ ਪਈ ਹੈ ਪਰਾਤ ਪਈ ਹੈ ਪਰਾਤ ਦੇ ਵਿੱਚ ਚੱਕ ਕੇ ਦਿੱਤੀ ਆ ਚੱਲ ਰਿਹਾ ਜੀ ਖਾਣਾ ਚੱਲ ਰਿਹਾ ਹੋਇਆ ਜੀ
अज का खाना मुहम्मद अमर भाई और रईस खान ने उन्होंने प्रदान कर दिया। हेलो जी जनाब, थोड़े चक फिर डुल देने, थोड़े चक चावल दोबारा पा के बनोगे जो बंद छे ना बेच। खाना चल रहा है जी, खाना खाते हैं, खाना खा के तो उस बाद पढ़ते नमाज, नमाज पढ़ के तो फिर अल्लाह ख्याल करे तो बच्चों की बारी आएगी तो बच्चे बाद विच बच्चों को खाना खिलाना है जी। Thank you.